ਇੱਕ ਪਾਸੇ ਨਸ਼ੇ ਚੱਲ ਰਹੇ ਨੇ, ਸਾਰੇ ਕਿਤੇ ਸੂਈਆਂ ਪਈਆਂ ਸੀਗੀਆਂ ਪਾਕ ਵਿੱਚ, ਔਰ ਇੱਕ ਪਾਸੇ ਛੋਟੇ ਛੋਟੇ ਬੱਚੇ ਖੇਲ ਰਹੇ ਨੇ। ਸਾਰਿਆਂ ਦੀ ਮਾਂ ਭੈਣ ਹੁੰਦੀ ਹੈ, ਤੁਸੀਂ ਇੱਕ ਵਿਚਾਰੀ ਬੱਚੀ ਨੂੰ ਧਮਕੀਆਂ ਦੇ ਰਹੇ ਹੋ ਔਰ ਕੋਈ ਕੁਛ ਨਹੀਂ ਕਰ ਰਿਹਾ। ਅੱਜ ਸਿੱਧਾ ਮਿਲਣ ਆਏ, ਕੱਲ ਸਾਨੂੰ ਪਤਾ ਲੱਗਿਆ ਸੀਗਾ, ਅਸੀਂ DSP ਸਾਹਿਬ ਨੂੰ ਫੋਨ ਕੀਤਾ ਸੀਗਾ ਔਰ ਉਹਨਾਂ ਨਾਲ ਟਾਈਮ ਫਿਕਸ ਕਰਕੇ ਅਸੀਂ ਅੱਜ ਆਏ। ਅਸੀਂ ਜੀ ਅੱਜ ਆਏ ਹਾਂ ਨਸ਼ਿਆਂ ਦੇ ਖਿਲਾਫ। ਕੱਲ ਅਸੀਂ ਮਾਰਗੋ ਕੈਂਪ ਗਏ ਸੀਗੇ, ਉੱਥੇ ਇੱਕ ਪਾਰਕ ਹੈ ਬੁੱਢਾ ਮਲ ਪਾਰਕ, ਉੱਥੇ ਜਿਹੜੇ ਲੋਕਲ ਬੰਦੇ ਸੀਗੇ ਸਾਨੂੰ ਉਹ ਲੈ ਕੇ ਗਏ। ਉੱਥੇ ਜੋ ਦੇਖਿਆ ਅਸੀਂ, ਇੱਕ ਪਾਸੇ ਨਸ਼ੇ ਚੱਲ ਰਹੇ ਨੇ, ਸਾਰੇ ਕਿਤੇ ਸੂਈਆਂ ਪਈਆਂ ਸੀਗੀਆਂ ਪਾਰਕ ਵਿੱਚ, ਔਰ ਇੱਕ ਪਾਸੇ ਛੋਟੇ ਛੋਟੇ ਬੱਚੇ ਖੇਲ ਰਹੇ ਨੇ, ਤਾਂ ਉਸਦੀ ਕੰਪਲੇਂਟ ਅਸੀਂ ਕਰਨ ਆਏ ਹਾਂ। ਨਾਲ ਮੇਰੇ ਨਾਲ ਇਹ ਗੁਰਪ੍ਰੀਤ ਕੌਰ ਹੈ ਔਰ ਇਹਨਾਂ ਨਾਲ ਬੜੀ 2-3 ਮਹੀਨਿਆਂ ਤੋਂ ਕੰਮ ਚੱਲ ਰਿਹਾ ਹੈਗਾ। ਇਹਨਾਂ ਨੇ ਇੱਕ ਨਸ਼ੇੜੀ ਦੇ ਖਿਲਾਫ ਕੰਪਲੇਂਟ ਪਾਈ ਸੀਗੀ, ਉਹ ਨਸ਼ੇੜੀ ਉਹਨੂੰ ਜੇਲ੍ਹ ਵੀ ਹੋਈ ਸੀ, ਹੁਣ ਬਾਹਰ ਆ ਕੇ ਧਮਕੀਆਂ ਮਾਰ ਰਿਹਾ ਇਹਨਾਂ ਨੂੰ, ਅਸੀਂ ਤੁਹਾਨੂੰ ਦੇਖਾਂਗੇ ਇਹਨਾਂ ਦੀ ਸਾਰੀ ਫੈਮਿਲੀ ਨੂੰ, ਔਰ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਦੇ ਪਿੱਛੇ। ਇਹ ਦੋਨੋਂ ਮੁੱਦੇ ਅਸੀਂ ਲੈ ਕੇ ਆਏ ਹਾਂ ਅੱਜ, ਅਸੀਂ DSP ਸਾਹਿਬ ਨੂੰ ਮਿਲਾਂਗੇ ਔਰ ਇਹ ਗਲਤ ਗੱਲ ਹੈ। ਸਾਰਿਆਂ ਦੀ ਮਾਂ ਭੈਣ ਹੁੰਦੀ ਹੈ, ਤੁਸੀਂ ਇੱਕ ਵਿਚਾਰੀ ਬੱਚੀ ਨੂੰ ਧਮਕੀਆਂ ਦੇ ਰਹੇ ਹੋ ਔਰ ਕੋਈ ਕੁਛ ਨਹੀਂ ਕਰ ਰਿਹਾ। ਮਾਰਗੋ ਕੈਂਪ ਦੇ ਰਹਿਣ ਵਾਲੇ ਵਸਨੀਕ ਨੇ ਔਰ ਸਾਡੇ ਉੱਥੇ ਦੇ ਮੰਡਲ ਪ੍ਰਧਾਨ ਵੀ ਆਏ ਨੇ ਸਾਹਮਣੇ ਦੇਖ ਕੇ। ਇੱਧਰ ਆਓ। ਦੂਜੇ ਪਾਸੇ ਜਾਂਦੇ ਨੇ, ਆਮ ਉੱਥੇ ਹੋ ਰਿਹਾ ਕੰਮ। ਬੀਬਾਈ ਇਹਨਾਂ ਨੇ ਕਿਉਂ ਕੰਪਲੇਂਟ ਕੀਤੀ, ਨਸ਼ੇ ਨੂੰ ਠੱਲ ਪਾਉਣ ਲਈ ਕੰਪਲੇਂਟ ਕੀਤੀ ਸੀ, ਕਿਹੜਾ ਨਸ਼ਾ ਜਿਹੜੀ ਕਿਹੜੇ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ? ਮੈਂ ਦੱਸੂਗੀ ਜੀ ਅੰਦਰ DSP ਸਾਹਿਬ ਨੂੰ ਕਿਹੜੀ ਪਾਰਟੀ ਸਪੋਰਟ। ਮੈਡਮ ਲਗਾਤਾਰ ਚਰਨਜੀਤ ਚੰਨੀ ਹੋਣੀ ਬਾਕੀ ਵੀ ਆਰੋਪ ਲਗਾ ਰਹੇ ਕਿ ਸ਼ੀਤਲ ਅੰਗਰਾਲ ਤੇ ਰਿੰਕੂ ਹੋਣੀ ਨਸ਼ਾ ਵਿਕਵਾਉਂਦੇ ਸੀ, ਉਹਨਾਂ ਦੇ ਲੋਕ ਹੈਗੇ ਆ, ਤੇ ਕੀ ਉਹਨਾਂ ਦੇ, ਕਿਉਂਕਿ ਸ਼ੀਤਲ ਅੰਗਰਾਲ ਹੋਣੀ ਇੱਥੇ ਮੌਜੂਦਾ MLA ਵੀ ਸੀਗੇ, ਕਿ ਉਹਨਾਂ ਨੇ ਉਹਨਾਂ ਤੇ ਠੱਲ ਰੋਕਿਆ ਨਹੀਂ ਜਾਂ ਫਿਰ ਇੱਦਾਂ ਚੀਜ਼ ਨੂੰ ਰੋਕ ਨਹੀਂ ਪਾਏ? ਦੇਖੋ ਇਹ 2-3 ਮਹੀਨਿਆਂ ਦੀ ਗੱਲ ਹੈ ਔਰ ਸ਼ੀਤਲ ਜੀ ਨੇ ਆਪਣਾ ਅਸਤੀਫਾ ਦਿੱਤਾ ਸੀਗਾ ਔਰ ਸ਼ੀਤਲ ਜੀ, ਜੇ ਮੈਂ ਅੱਜ ਉਹਨਾਂ ਨਾਲ ਵੀ ਗੱਲ ਕਰੂੰਗੀ, ਉਹਨਾਂ ਨਾਲ ਮੈਨੇ ਅਜੇ ਗੱਲ ਨਹੀਂ ਕੀਤੀ ਇਸ ਬੱਚੀ ਬਾਰੇ, ਜ਼ਰੂਰ ਕਰਨਗੇ ਮਦਦ ਇਹਦੀ। ਔਰ ਆਰੋਪ ਤਾਂ ਕੋਈ ਵੀ ਕੋਈ ਲਗਾ ਸਕਦਾ, ਕੱਲ ਨੂੰ ਕਹਿ ਦੇਗਾ ਕੁਛ, ਕੋਈ ਪਾਰਟੀ ਜੋ ਮਰਜ਼ੀ ਕਹਿਣਾ ਚਾਹੁੰਦੀ ਹੈ, ਸਭ ਕੁਛ ਆਪਣੇ ਆਰੋਪ ਲਗਾ ਰਹੇ ਨੇ। ਜਿਹੜੇ ਇਹਨਾਂ ਨੇ ਆਪਣੇ ਇਸ਼ੂ ਹੈਗੇ ਆ, ਕੋਈ ਦੋ ਘਰਾਂ ਦੇ ਵਿੱਚ ਕੋਈ ਆਪਸ ਚ ਪ੍ਰੋਬਲਮ ਚੱਲ ਰਹੀ ਹੈ, ਪੁਰਾਣੀ ਪ੍ਰੋਬਲਮ,
ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਅਕਿਊਜ਼ ਸੀਗਾ ਉਹ ਬੇਲ ਤੇ ਆ ਕੇ ਇਹਨਾਂ ਨੂੰ ਦੁਬਾਰਾ ਪਰੇਸ਼ਾਨ ਕਰ ਰਿਹਾ। ਆਪਾਂ ਇਸ ਚੀਜ਼ ਨੂੰ ਦੁਬਾਰਾ ਦੇਖਾਂਗੇ ਜੇ ਏਦਾਂ ਦੀ ਕੋਈ ਗੱਲ ਸਾਹਮਣੇ ਆਉਂਦੀ ਵੀ ਟੇਕ ਐਕਸ਼ਨ। ਨਕਸ਼ੇ ਦੇ ਵੀ ਉਹਨਾਂ ਨੇ ਗੱਲਬਾਤ ਕੀਤੀ ਕਿਹੜੀ ਪਾਰਕ ਹੋ ਗਿਆ ਉਹਦੇ ਵਿੱਚ ਪੁੱਟਾ ਗਰਾਊਂਡ ਹੈਗੀ ਜੀ। ਜਿਹੜੇ ਅਸੀਂ ਨਾ ਇਹ ਜਿਹੜੇ ਜਿਹੜੇ ਪ੍ਰੋਬਲਮੈਟਿਕ ਏਰੀਆਜ਼ ਹੈਗੇ ਆ ਜਿੱਥੇ ਹੌਟਸਪੌਟ ਏਰੀਆਜ਼ ਹੈਗੇ ਆ ਅਸੀਂ ਉਹ ਆਈਡੈਂਟੀਫਾਈ ਕੀਤੇ ਹੈਗੇ ਆ। ਡੇਲੀ ਬੇਸਿਸ ਤੇ ਅਸੀਂ ਡਿਫਰੈਂਟ ਡਿਫਰੈਂਟ ਏਰੀਆਜ਼ ਦੇ ਵਿੱਚ ਕਾਸੋਜ਼ ਵੀ ਕਰ ਰਹੇ ਹੈਗੇ, ਫੁੱਟਮਾਰਚ ਵੀ ਕਰ ਰਹੇ ਹੈ। ਜਿਹੜਾ ਇਹ ਗਰਾਊਂਡ ਸਾਨੂੰ ਦੱਸ ਕੇ ਗਏ ਆ ਇਟ ਇਜ਼ ਔਨ ਆਰ ਲਿਸਟ ਤੇ ਅਸੀਂ ਇਸ ਤੇ ਵੀ ਐਕਸ਼ਨ ਲਵਾਂਗੇ। ਐਂਡ ਜਿਹੜੇ ਇੱਦਾਂ ਦੇ ਬੰਦੇ ਇਨਵੋਲਵਡ ਹੈਗੇ ਆ ਵੀ ਆਲਰੇਡੀ ਟੇਕਨ ਐਕਸ਼ਨ ਅਗੇਂਸਟ ਮਤਲਬ ਪੀਪਲ ਇਨ ਡਬਲ ਨੰਬਰ, ਉਹਨਾਂ ਤੇ ਆਲਰੇਡੀ ਪ੍ਰੀਵੈਂਟਿਵ ਐਕਸ਼ਨ ਤੇ ਐਫ ਆਈ ਆਰ ਰਜਿਸਟਰ ਕੀਤੀਆਂ ਜਾ ਚੁੱਕੀਆਂ। ਜੇ ਕੋਈ ਇੱਥੇ ਵੀ ਇੱਦਾਂ ਦੀ ਪ੍ਰੋਬਲਮ ਕ੍ਰੀਏਟ ਕਰ ਰਿਹਾ ਇਸ ਮੁੱਲੇ ਚ ਉਹਨਾਂ ਦੇ ਖਿਲਾਫ਼ ਵੀ। ਮੈਮ ਸਰ ਉਹਨਾਂ ਵੱਲੋਂ ਵੀਡੀਓ ਵੀ ਤੁਹਾਨੂੰ ਦਿਖਾਈ ਗਈ ਹੈਗੀ ਹੈ ਜਿਹੜੇ ਉੱਥੇ ਪਾਰਕ ਦੇ ਵਿੱਚ ਸਰਿੰਜਾਂ ਪਈਆਂ ਨਸ਼ੇ ਦੇ ਹੋਰ ਵੀ ਆਦਿ। ਉਹ ਇਟ ਇਜ਼ ਅ ਮੈਟਰ ਆਫ ਚੈਕਿੰਗ ਕਿ ਉਹ ਮਤਲਬ ਫਰੈਸ਼ ਹੈਗੀਆਂ ਪੁਰਾਣੀਆਂ ਹੈਗੀਆਂ, ਬਟ ਦੈਟ ਜੋ ਆਪਣਾ ਪੁਆਇੰਟ ਹੈਗਾ ਉਹ ਦੱਸ ਰਹੇ ਹੈਗੇ ਆ ਵੀ ਆਲਰੇਡੀ ਉਹਨੂੰ ਆਈਡੈਂਟੀਫਾਈ ਕੀਤਾ ਜਾ ਚੁੱਕਿਆ। ਅਸੀਂ ਇੱਕ ਆਪਣੀ ਰਿਜ਼ਰਵ ਵੀ ਉੱਥੇ ਸਟੇਸ਼ਨ ਕੀਤੀ ਹੈ ਤਾਂ ਕਿ ਜਿਹੜੇ ਮੁਹੱਲੇ ਵਾਸੀ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਇਹ ਆਲਰੇਡੀ ਸਾਡੀ ਨੌਲੇਜ ਸੀਗਾ।